ਸਿਕਾਲ ਦੋਸਤੋ, ਅੱਜ ਜਿਹੜੀ ਵੱਡੀ ਖਬਰ ਉੱਭਰ ਕੇ ਸਾਹਮਣੇ ਆ ਰਹੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ, ਉਹਦੇ ਨਾਲ ਸਾਹਿਤਕ ਪ੍ਰੇਮੀਆਂ ਦੇ ਚਿਹਰੇ ਬਾਗੋ ਬਾਗ ਹੋ ਗਏ ਨੇ। ਅੱਜ ਅੰਮ੍ਰਿਤਸਰ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਸੰਸਥਾ ਸਨਸਾਈਨ ਯੂਥ ਕਲੱਬ ਵੱਲੋਂ ਇੱਕ ਬੜਾ ਵੱਡਾ ਉਪਰਾਲਾ ਕਰਕੇ ਪੂਰੇ ਪੰਜਾਬ ਦੇ ਵਿੱਚ ਪੜ੍ਹਦਾ ਪੰਜਾਬ ਲਹਿਰ ਦਾ ਆਗਾਜ਼ ਕੀਤਾ ਗਿਆ। ਅਤੇ ਇਸ ਦੇ ਆਗਾਜ਼ ਕਰਨ ਵਜੋਂ ਚੜ੍ਹਦਾ ਪੰਜਾਬ ਦਾ ਇੱਕ ਸੁਪਨਾ ਹੈ ਕਿ ਅਗਰ ਬੱਚਿਆਂ ਨੂੰ ਬਚਪਨ ਵਿੱਚ ਹੀ ਕਿਤਾਬਾਂ ਨਾਲ ਜੋੜ ਦਿੱਤਾ ਜਾਵੇ ਤਾਂ ਪੰਜਾਬ ਦੇ ਲੋਕ ਬਹੁਤ ਗੁਣੀ ਗਿਆਨੀ ਅਤੇ ਗਿਆਨਵਾਨ ਹੋ ਜਾਣਗੇ, ਕਿਉਂਕਿ ਕਿਤਾਬਾਂ ਹੀ ਗਿਆਨ ਦਾ ਸਭ ਤੋਂ ਵੱਡਾ ਸੋਮਾ ਹੈ। ਅੱਜ ਇਸ ਲਹਿਰ ਦਾ ਆਗਾਜ਼ ਕਰਦਿਆਂ ਸਰਦਾਰ ਗੁਰਪ੍ਰਤਾਪ ਸਿੰਘ ਜੀ DSP ਅਟਾਰੀ ਵੱਲੋਂ ਰਸਮੀ ਤੌਰ 'ਤੇ ਰਿਬਨ ਕੱਟ ਕੇ ਇੱਕ ਬੱਚਿਆਂ ਵਾਸਤੇ ਲਾਇਬ੍ਰੇਰੀ ਲੋਕ ਅਰਪਣ ਕੀਤੀ ਗਈ ਹੈ। ਅਤੇ ਸਰਦਾਰ ਸੋਹਤਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਸਨਸਾਈਨ ਯੂਥ ਕਲੱਬ ਵੱਲੋਂ ਭਵਿੱਖ ਵਿੱਚ ਅਜਿਹੀਆਂ ਹੋਰ ਲਾਇਬ੍ਰੇਰੀਆਂ ਜਿਹੜੀਆਂ ਉਹ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾਣਗੇ। ਉਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਕਿ ਸਨਸਾਈਨ ਯੂਥ ਕਲੱਬ ਜੋ ਲੋਕਾਂ ਨੂੰ ਗਿਆਨ ਵੰਡਣ ਦਾ ਇੱਕ ਸੁਪਨਾ ਲੈ ਕੇ ਤੁਰਿਆ ਹੈ, ਇਹ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਜੇ ਤੁਹਾਡੇ ਵਰਗੇ ਮਹਾਨ ਲੋਕਾਂ ਦਾ ਸਾਥ ਮਿਲੇ। ਇਸ ਲਈ ਸਨਸਾਈਨ ਕਲੱਬ ਦੇ ਮੈਂਬਰਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਗਿਆਨ ਵੰਡਿਆ ਜਾ ਸਕੇ। ਕਿੱਦਾਂ ਦਾ ਰਿਸਪੋਂਸ ਮਿਲਦਾ ਪਿਆ ਜੀ ਆਪਣੇ? ਸਰ, ਰਿਸਪੋਂਸ ਤਾਂ ਬਹੁਤ ਵਧੀਆ ਮਿਲ ਰਿਹਾ। ਅੰਮ੍ਰਿਤਸਰ ਵਿੱਚ ਅਸੀਂ ਇਸ ਤੋਂ ਪਹਿਲਾਂ ਮੋਗੇ ਵਿੱਚ ਪਹਿਲੀ ਲਾਇਬ੍ਰੇਰੀ ਅਸੀਂ ਇੰਸਟਾਲ ਕੀਤੀ ਹੈ, ਉੱਥੇ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਬੱਚਿਆਂ ਨੂੰ ਬਹੁਤ ਜ਼ਿਆਦਾ ਜਾਗਰੂਕਤਾ ਮਿਲ ਰਹੀ ਹੈ। ਉਸ ਤੋਂ ਪਹਿਲਾਂ ਹੁੰਦਾ ਸੀ ਕਿ ਬੱਚੇ ਆਪਣੇ ਅੱਜ ਦੀ ਡੇਟ 'ਚ ਸੋਸ਼ਲ ਮੀਡੀਆ ਗੇਮਸ ਵਗੈਰਾ 'ਚ ਬਹੁਤ ਜ਼ਿਆਦਾ ਇਨਵੋਲਵ ਹੋ ਗਏ ਨੇ, ਉਹਦੇ ਤੋਂ ਥੋੜ੍ਹਾ ਬਾਹਰ ਆਏ। ਆਪਾਂ ਰੀਡਿੰਗ ਦਾ ਕਲਚਰ ਡਿਵੈਲਪ ਕਰੀਏ, ਬੱਚੇ ਆਪਸ 'ਚ ਇੰਟਰੈਕਟ ਕਰਨ, ਬੁੱਕਸ ਰੀਡ ਕਰਨ, ਉਹ ਆਪਸ 'ਚ ਡਿਸਕਸ ਕਰਨ, ਅਤੇ ਮਤਲਬ ਬੱਚਿਆਂ ਵਿੱਚ ਜਿਹੜਾ ਰੀਡਿੰਗ ਦੀ ਹੈਬਿਟ ਹੈ ਉਹ ਆਪਾਂ ਦੁਬਾਰਾ ਇਸਟੈਬਲਿਸ਼ ਕਰੀਏ। ਜਿਹੜੇ ਥੋੜ੍ਹੇ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਨੇ, ਜਿਹਨਾਂ ਜਿਹੜੇ ਆਪਾਂ ਅਫੋਰਡ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਵੀ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਰਿਸਪੋਂਸ ਬਹੁਤ ਵਧੀਆ ਮਿਲ ਰਿਹਾ। ਅਤੇ ਆਪਾਂ ਹੁਣ ਅੰਮ੍ਰਿਤਸਰ ਵਿੱਚ ਆ ਫਸਟ ਲਾਇਬ੍ਰੇਰੀ ਲੈ ਕੇ ਆਏ ਹਾਂ, ਅਤੇ ਹਜੇ ਤੱਕ ਬਹੁਤ ਜ਼ਿਆਦਾ ਆਪਾਂ ਨੂੰ ਸਪੋਰਟ ਮਿਲ ਰਹੀ ਹੈ। ਅਤੇ ਇਸ ਤੋਂ ਬਾਅਦ ਬਾਕੀ ਆਪਣੀ 7 ਲਾਇਬ੍ਰੇਰੀਜ਼ ਹੋਰ ਅਸੀਂ ਇੱਥੇ ਇੰਸਟਾਲ ਕਰਾਂਗੇ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਪੋਰਟ ਕਰਨ, ਅਤੇ ਮਤਲਬ ਆਪਣੇ ਯੂਥ ਨੂੰ ਸਪੋਰਟ ਕਰੀਏ, ਆਪਣੇ ਬੱਚਿਆਂ ਨੂੰ ਅੱਗੇ ਵਧਾਈਏ। ਇਸ ਸੰਬੰਧੀ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਕੋਈ? ਸਰ, ਸੰਬੰਧੀ ਸਰਕਾਰ ਵੱਲੋਂ ਵਧੀਆ ਸਪੋਰਟ ਆ ਰਹੀ ਹੈ। ਆਪਣੇ ਪੰਜਾਬ ਦੇ ਸਕੂਲ 'ਚ ਬਹੁਤ ਡਿਵੈਲਪ ਵੀ ਹੋ ਰਹੇ ਨੇ ਸਰਕਾਰੀ ਸਕੂਲ, ਅਤੇ ਮਤਲਬ ਸੰਦੇਸ਼ ਤਾਂ ਆਹੀ ਹੈ ਜੀ ਕਿ ਆਪਾਂ ਮਤਲਬ ਆਪਣੇ ਫਿਊਚਰ ਜਨਰੇਸ਼ਨ ਦੇ ਵੱਲ ਧਿਆਨ ਦੇਈਏ, ਅਤੇ ਉਹਨਾਂ ਨੂੰ ਹੋਰ ਆਪਾਂ ਜਿੰਨਾ ਸਪੋਰਟ ਕਰ ਸਕਦੇ ਹਾਂ ਉਹਨਾਂ ਨੂੰ ਸਪੋਰਟ ਕਰੀਏ, ਅਤੇ ਜਿੰਨਾ ਅੱਗੇ ਵੱਧ ਸਕਦੇ ਫਾਈਨੈਂਸ਼ੀਅਲ ਏਡ ਹੋ ਜਾਵੇ ਜਾਂ ਕਿਸੇ ਤਰ੍ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਕੁਸ਼ਲਦੀਪ ਸਿੰਘ ਹੈ। ਸਪੈਸ਼ਲੀ ਆਈ ਵੁੱਡ ਲਾਈਕ ਟੂ ਥੈਂਕ ਸਹੋਤਾ ਸਰ, ਜਿਨ੍ਹਾਂ ਨੇ ਸਾਨੂੰ ਇੰਨਾ ਟਾਈਮ ਕੱਢ ਕੇ ਆਪਾਂ ਦਾ ਕੀਮਤੀ ਸਮੇਂ 'ਚੋਂ ਸਾਨੂੰ ਮਤਲਬ ਬੇਸਿਕਲੀ ਸਾਨੂੰ ਇੰਸਪਾਇਰ ਕੀਤਾ ਇੰਨਾ, ਇਹਨਾਂ ਨੇ ਆ ਕੇ ਹੀ ਇਜ਼ ਆਲਵੇਜ਼ ਬੀਨ ਇੰਸਪਾਇਰਿੰਗ ਹੈ ਜੀ। ਅਤੇ ਅਸੀਂ ਇੱਕ ਮਿਸ਼ਨ ਸ਼ੁਰੂ ਕੀਤਾ ਜੀ ਪੜ੍ਹਦੇ ਪੰਜਾਬ ਦੇ ਨਾਮ ਤੋਂ, ਸਨਸ਼ਾਈਨ ਯੂਥ ਕਲੱਬ ਦੇ ਅੰਡਰ। ਇਸ ਮਿਸ਼ਨ ਅੰਡਰ ਅਸੀਂ ਲਾਇਬ੍ਰੇਰੀਜ਼, ਫਰੀ ਲਾਇਬ੍ਰੇਰੀਜ਼ ਬੱਚਿਆਂ ਲਈ ਲਗਾ ਰਹੇ ਹਾਂ ਜੀ ਇੱਥੇ। ਅਸੀਂ ਅੰਮ੍ਰਿਤਸਰ ਦੇ ਡਿਫਰੈਂਟ ਡਿਫਰੈਂਟ ਏਰੀਆ, ਅਸੀਂ ਪੂਰੇ ਪੈਨ ਪੰਜਾਬ 'ਚ ਇਹ ਈਵੈਂਟ ਨੂੰ ਲੈ ਕੇ ਜਾਣਾ। ਅਸੀਂ ਅੰਮ੍ਰਿਤਸਰ ਦੀ 8 ਲੋਕੇਸ਼ਨ ਸਿਲੈਕਟ ਕੀਤੀ ਹੈ, ਜਿਹਦੇ 'ਚ ਇਹ ਪਹਿਲੀ ਹੈ ਜੀ ਜਿੱਥੇ ਅਸੀਂ ਸ਼ੁਰੂਆਤ ਕੀਤੀ ਹੈ ਜੀ। ਅੱਗੋਂ ਵੀ ਅਸੀਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ 'ਚ ਐਸੀ ਲੋਕੇਸ਼ਨ 'ਤੇ ਡਿਫਰੈਂਟ ਡਿਫਰੈਂਟ ਲੋਕੇਸ਼ਨ 'ਤੇ ਲਗਾਵਾਂਗੇ। ਅੰਮ੍ਰਿਤਸਰ ਤੋਂ ਇਲਾਵਾ ਅਸੀਂ ਪੂਰੇ ਪੰਜਾਬ 'ਚ ਵੀ ਇਹੀ ਫਰੀ ਲਾਇਬ੍ਰੇਰੀਜ਼ ਇਸਟੈਬਲਿਸ਼ ਕਰਾਂਗੇ ਜੀ। ਸਾਡਾ ਪੂਰਾ ਮਿਸ਼ਨ ਹੈ ਕਿ ਅਸੀਂ 52 ਲਾਇਬ੍ਰੇਰੀਜ਼ ਨੂੰ ਲੈ ਕੇ ਚੱਲੇ ਹਾਂ ਕਿ ਐਵਰੀ ਵੀਕਐਂਡ 'ਤੇ ਹਰ ਸੰਡੇ ਨੂੰ ਇੱਕ ਲਾਇਬ੍ਰੇਰੀ ਇੱਦਾਂ ਦੀ ਇਸਟੈਬਲਿਸ਼ ਕਰਨੀ ਹੈ ਜੀ। ਅਸੀਂ ਉਹਦੇ ਅਕੋਰਡਿੰਗ ਅਸੀਂ ਚੱਲ ਰਹੇ ਕਿ ਅਸੀਂ ਬੇਸਿਕਲੀ ਸਾਡਾ ਮੋਟਿਵ ਜੋ ਹੈ ਲਾਇਬ੍ਰੇਰੀਜ਼ ਲਗਾਉਣ ਦੇ ਪਿੱਛੇ ਜਿਹੜਾ ਬੇਸਿਕ ਮੋਟਿਵ ਹੈ ਕਿ ਇੱਕ ਬੱਚਿਆਂ 'ਚ ਇੱਕ ਰੀਡਿੰਗ ਹੈਬਿਟ, ਇੱਕ ਕਲਚਰ, ਇੱਕ ਡਿਵੈਲਪ ਕਰ। ਬੇਸਿਕਲੀ ਬੁੱਕਸ ਤਾਂ ਹਰ ਜਗ੍ਹਾ ਲਾਇਬ੍ਰੇਰੀ ਤਾਂ ਹਰ ਥਾਂ ਹੈਗੀ ਆ, ਸਕੂਲ 'ਚ ਵੀ ਹੈਗੀਆਂ, ਹਰ ਥਾਂ ਬੁੱਕਸ ਅਵੇਲੇਬਲ ਹੈ। ਬਟ ਇੱਕ ਫਰੀ ਲਾਇਬ੍ਰੇਰੀ ਜਸਟ ਇੱਕ ਕਲਚਰ ਡਿਵੈਲਪ ਕਰਨਾ, ਇੱਕ ਰੀਡਿੰਗ ਦਾ ਮੋਟਿਵ ਲਿਆਉਣਾ ਬੱਚਿਆਂ ਨੂੰ, ਕਿ ਇੱਕ ਆਦਤ ਪਾਉਣੀ ਜਿਹਨੂੰ ਕਹਿ ਸਕਦੇ ਹੋ। ਇਹਦੇ 'ਚ ਕੋਈ ਵੀ ਆ ਕੇ ਆਪਣੀ ਬੁੱਕਸ ਡੋਨੇਟ ਕਰ ਸਕਦਾ, ਸਾਡੇ ਇੱਥੋਂ ਦੇ ਟੀਮ ਦੇ ਵਾਲੰਟੀਅਰ ਨੂੰ ਹਰ ਵੇਲੇ ਫਿਲਟਰ ਕਰਕੇ ਬੁੱਕਸ ਮੈਨੇਜ ਕਰਕੇ ਪੂਰਾ ਇੱਕ ਸਿਸਟਮੈਟਿਕ ਤਰੀਕੇ ਨਾਲ ਅਸੀਂ ਇਹਨੂੰ ਚਲਾਵਾਂਗੇ ਜੀ। ਬਸ ਇਹੀ ਕਹਿਣਾ ਚਾਹਾਂਗਾ ਜੀ, ਪੜ੍ਹੋ, ਅੱਗੇ ਵਧੋ, ਆਪਣੇ ਬੱਚਿਆਂ ਨੂੰ ਪੜ੍ਹਾਓ। ਲਾਗੇ ਚਾਗੇ ਤੁਹਾਨੂੰ ਕੋਈ ਵੀ ਦਿਖਦਾ, ਉਹਨਾਂ ਨੂੰ ਅਸੀਂ ਇੱਕ ਚੇਨ ਵਾਂਗੂ ਚਲਾਉਣਾ ਚਾਹ ਰਹੇ ਹਾਂ ਕਿ ਜੇ ਅਸੀਂ ਕਿਸੇ ਨੂੰ ਪੜ੍ਹਾਵਾਂਗੇ ਤਾਂ ਅਸੀਂ ਜ਼ਰੂਰ ਚਾਹਾਂਗੇ ਉਹ ਅੱਗੇ ਜਾ ਕੇ ਐਟਲੀਸਟ ਇੱਕ ਬੱਚੇ ਨੂੰ ਪੜ੍ਹਾਏ। ਅਤੇ ਤੁਹਾਡੇ ਲਾਗੇ ਚਾਗੇ ਤੁਹਾਨੂੰ ਕੋਈ ਵੀ ਦਿਖਦਾ, ਕੋਈ ਗਰੀਬ ਦਿਖਦਾ, ਕੋਈ ਬੱਚਾ ਦਿਖਦਾ ਜਿਹੜਾ ਨਹੀਂ ਪੜ੍ਹਦਾ, ਜਿਹੜਾ ਪੜ੍ਹਨਾ ਚਾਹੁੰਦਾ, ਜਾਂ ਉਹਨੂੰ ਪੜ੍ਹਾਓ ਜਾਂ ਸਾਨੂੰ ਕੰਟੈਕਟ ਕਰੋ, ਵੀ ਵਿਲ ਡੈਫੀਨੇਟਲੀ ਟਰਾਈ ਟੂ ਹੈਲਪ। ਥੈਂਕ ਯੂ ਸੋ ਮਚ। ਉਪਰਾਲਾ ਕੀਤਾ ਗਿਆ, ਕੀ ਕਹਿਣਾ ਚਾਹੁੰਦੇ ਇਸ ਸੰਬੰਧੀ? ਜੀ, ਅੱਜ ਖਾਲਸਾ ਏਡ ਐਸੋਸੀਏਸ਼ਨ ਦੁਆਰਾ ਜਿਹੜਾ ਇੱਕ ਉਹਨਾਂ ਦਾ ਸਭ ਪਾਰਟ ਹੈ ਸਨਸ਼ਾਈਨ ਯੂਥ ਕਲੱਬ, ਉਹਨਾਂ ਵੱਲੋਂ ਪੜ੍ਹਦਾ ਪੰਜਾਬ ਨਾਮ ਦਾ ਇੱਕ ਕੈਂਪੇਨ ਜਿਹੜਾ ਸਟਾਰਟ ਕੀਤਾ ਗਿਆ, ਉਹਦੇ ਵਿੱਚ ਫ੍ਰੀ ਲਾਇਬ੍ਰੇਰੀਜ਼ ਇਸਟੈਬਲਿਸ਼ ਕਰ ਰਹੇ ਨੇ ਡਿਫਰੈਂਟ ਪਾਰਟਸ ਆਫ ਪੰਜਾਬ ਦੇ ਵਿੱਚ। ਕਿਉਂਕਿ ਇਹਨਾਂ ਨੇ ਜਸਮ ਦੌਰਾਨ ਪਹਿਲਾਂ ਮੋਗੇ ਤੋਂ ਇਹਨਾਂ ਨੇ ਸਟਾਰਟ ਕੀਤੀ ਆ, ਹੁਣ ਇੱਥੇ ਅੰਮ੍ਰਿਤਸਰ ਵਿੱਚ ਸਟਾਰਟ ਕੀਤਾ। ਇਹਦੇ ਵਿੱਚ ਡਿਫਰੈਂਟ ਜਿਹੜੀਆਂ ਜੋਨਰਸ ਦੀਆਂ ਬੁੱਕਸ ਨੇ,
बीट अकैडमिक बीट लिटरेचर या जनरल नॉलेज की है सारिया बुक्स इतने प्रोवाइड की हुई हैं। सो एक बड़ा वधिया उपराला है जिहड़ा पब्लिकली जिहड़ा सोसाइटी ली जिहड़े बच्चों ली कि इतों आके अपनी जिहड़ियां बुक दियां बुक्स पढ़ के वो अगे वध सकते हैं इतों नॉलेज ले सकते हैं अपने अकैडमिक करियर में इन बुक्स का उन्होंने बहुत बहुत साथ मिलेगा। एंड मैं शुकराना करना चाहवागा इन्होंने जिहड़े इतों के मोदी ने सुमित सुमित जी एंड कुशल जी जिन्होंने मैनू अज इतने आमंत्रित दिता इतने आने का तो ये जिहड़ा उपराला इन्हों वालों स्टार्ट किया गया वो मैं इन्होंने बहुत बहुत मुबारकबाद दिना उम्मीद करदा कि यह जो उपराला है बहुत अगे जाके बढ़ चढ़ के सारे सहयोग होगा। मैं उम्मीद है कि यहोजे उपराले होर भी होंगे रहने जो अपना पंजाब पढ़ता पंजाब जो कैंपेन है बहुत ज़्यादा सक्सैसफुल होगा। और की संदेश देना चाहते जो संदेश यही है कि ऑलमोस्ट जिनी एज इन्हों की मेरी भी उन्नी एज है तो एक बड़ा चंगा उपराला जो चंकी सोच के नाल सोसाइटी के अगे वध रहे हैं तो बाकी यूथ में भी चाहिए कि यहोजी सोच ही एक पॉजिटिव अप्रोच टूवर्ड्स लाइफ रखन तो चंगे काम करन अपने वास्ते सोसाइटी वास्ते तो एक सोसाइटी में चंगा नाम कमाउन माड़े कामों तो परहेज करन नशे पत्ते तो यहोजी गल तो परहेज करन अपना अकैडमिक वाल ध्यान दे के लाइफ के सक्सैसफुल होना।